are working on a song and we are super excited to work on it and I hope you all will like it because mainu bahut chaa chadha hai for this song and so kids equally excited. We all are equally excited for this project. I hope you all will also love it. Baki love you and then jude raho. ਸਤਿ ਸ਼੍ਰੀ ਅਕਾਲ ਜੀ। ਸੋ ਕਰਨ ਕਹਿੰਦਾ ਆਪਾਂ ਗਾਣਾ ਜਿਹੜਾ ਪਹਿਲਾਂ ਕਰਨਾ ਸੀ ਉਹ ਨਹੀਂ ਕਰਨਾ, ਹੁਣ ਚੇਂਜ ਕਰਤਾ। ਆਉਂਦੇ ਆਉਂਦੇ ਨੇ ਬਣਾ ਲਿਆ ਮਿਊਜ਼ਿਕ ਪ੍ਰੂਫ ਨੇ ਐਂ ਕਰਕੇ ਭੇਜਦਾ, ਹੁਣੀ ਬਣਾ ਲੈਣੀ ਆ, ਹੁਣੀ ਸਟੋਰੀ ਬਣਾ ਲੈਣੀ ਆ ਤੇ ਕੱਪੜੇ ਤਾਂ ਲੈ ਗਈ ਨੇ। ਓਕੇ ਬਹੁਤ ਘੈਂਟ ਕਨਸੈਪਟ ਹਲੇ ਬਣਿਆ ਨਹੀਂ, ਬਣਾ ਰਹੇ ਅੱਜ ਤੱਕ ਬਣਾ ਲਿਆ, ਐਂਡ ਰਹਿੰਦਾ, ਐਂਡ ਦੇਖਦੇ ਆ ਕਿਵੇਂ ਕਰਨਾ। ਬਣਾ ਬਣਾਵਾਂਗੇ, ਐਂ ਹੁੰਦਾ ਬਰੋ ਐਂ। ਫਿਰ ਚੱਲ ਮਿਊਜ਼ਿਕ ਹੈਗਾ ਦੇਸੀ ਕਰੂ ਸਤਪਾਲ ਵੀਰਾ ਗੋਲਡੀ ਵੀਰੇ, ਉਹਨਾਂ ਦਾ ਮਿਊਜ਼ਿਕ ਮੈਂ ਪਰਸਨਲੀ ਵੀਰੇ ਮਿਊਜ਼ਿਕ ਬਹੁਤ ਵਧੀਆ ਲੱਗਿਆ ਮੈਨੂੰ। ਯਾ ਉਹ ਤਾਂ ਜਦੋਂ ਆਪਾਂ ਸੁਣਦੇ ਵੀ ਦੇਸੀ ਕਰੂ ਦਿਮਾਗ 'ਚ ਢੋਲ ਜਿਹਾ ਵੱਜਣ ਲੱਗ ਜਾਂਦਾ, ਪਰ ਇਹ ਢੋਲ ਨਹੀਂ ਹੈਗਾ। ਨਹੀਂ ਉਹਨਾਂ ਨੇ ਬਹੁਤ ਕੀਤਾ ਅਤੇ ਮੈਨੂੰ ਲੱਗਦਾ ਕਰਨ ਦਾ, ਮੈਂ ਪਿਛਲੇ ਵੀ ਬਲੌਗ 'ਚ ਬੋਲਿਆ ਸੀਗਾ ਕਿ 2 AM ਮੈਨੂੰ ਬਹੁਤ ਵਧੀਆ ਲੱਗਦਾ ਕਰਨ ਨੂੰ, ਮੈਂ ਕਿਹਾ ਸੀ ਐਪਰੀਸ਼ੀਏਟ ਕਰਦਾ ਵੀ ਉਹ ਗਾਣਾ ਲਿਖਣ 'ਤੇ, ਪਰ ਜਿਹੜਾ ਆਹ ਗਾਣਾ ਵੀ ਆ ਸਮਥਿੰਗ ਐਲਸ, ਇਹ ਉੱਤੋਂ ਵੀ ਘੈਂਟ ਆ। ਇਹਨਾਂ ਨੇ ਦੇਖ ਹੀ ਲਿਆ ਸੱਚ। ਹਾਂ ਕਿੱਦਾਂ ਲੱਗਿਆ? ਲਓ ਜੀ, ਤਾਨੀ ਜੀ ਦੀ ਮੂਵੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ, ਸੁਫਨਾ, ਬਹੁਤ ਘੈਂਟ ਫਿਲਮ ਐਮੀ ਵਾਈ ਦੇ ਨਾਲ, ਅਤੇ ਹੋਪਫੁਲੀ ਤੁਹਾਨੂੰ ਆਹ ਗਾਣੇ 'ਚ ਵੀ ਘੈਂਟ ਲੱਗਿਆ ਹੋਊਗਾ ਸਾਰਾ ਕੁਛ। ਇੰਨੀ ਬੇਵਫਾਈ ਕਿੱਥੋਂ, ਹੋਣਾ ਕਿੱਥੋਂ? ਮੈਨੂੰ ਨਾ ਯਾਰ ਅਸਲ ਮੈਂ ਸੁੱਖ ਵੀਰੇ ਨੇ ਕਿਹਾ ਸੀ ਵੀ 2 AM ਗਾਣਾ ਬਹੁਤ ਵਧੀਆ ਲੱਗਦਾ, ਮੈਂ ਬਾਹਲੇ ਇੱਦਾਂ ਦੇ ਗਾਣੇ ਲਿਖਦਾ ਨਹੀਂ ਹੁੰਦਾ, ਪਰ ਮੈਨੂੰ ਮੈਂ ਕਿਹਾ ਵੀ ਓਕੇ ਹੁਣ ਲੋੜ ਹੈ ਜਿੱਦਾਂ ਲਿਖਣ ਦੀ ਰਾਈਟ ਨਾਓ। ਸੋ ਮੈਂ ਉੱਦਾਂ ਹੀ ਮੇਰੇ ਦਿਮਾਗ 'ਚ ਆ ਗਿਆ ਕਿਆ ਬਾਤ ਹੈ, ਮੈਂ ਬਹੁਤ ਕਹਿਣਾ ਉੱਦਾਂ ਵੀ ਜਿੱਦਾਂ ਗੱਲ ਕਰਨ ਲੱਗਿਆ ਵੀ ਕਿਆ ਬਾਤ ਹੈ, ਪਹਿਲਾਂ ਉਸ 'ਚ ਵੀ ਕਿਆ ਬਾਤ ਹੈ ਵੀ ਚੱਕਵਾਂ ਗਾਣਾ ਲਿਖੋ, ਫਿਰ ਮੈਂ ਕਿਹਾ ਨਹੀਂ ਵੀ ਚੱਕਵੇਂ ਤਾਂ ਲਿਖਦੀ ਰਹਿੰਦੇ ਹਾਂ। ਬਹੁਤ ਡੂੰਘਾ ਜਾ ਵੜਦਾ ਕਦੇ 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 ਕਦੇ, ਮੈਂ ਨਾ ਕੱਢ ਲਿਆਂਦਾ ਰਾਸੋਂ ਲਹਿਰ ਕਿਨਾਰੇ ਲਾ ਕੇ ਗੱਡੀ। ਮੈਂ ਜੀ ਉਹ ਪੜ੍ਹ ਰਿਹਾ ਸੀਗਾ ਵੀ ਜਿਹੜਾ ਬੰਦਾ ਲਿਖਦਾ ਹੁੰਦਾ ਵੀ ਉਹ ਕਿੱਦਾਂ ਦਾ ਹੁੰਦਾ, ਮਤਲਬ ਕਿ ਇੱਕ ਬੰਦਾ ਦੱਸ ਰਿਹਾ ਸੀ ਕਹਿੰਦੇ ਇੱਕ ਤਾਂ ਆਮ ਬੰਦਾ ਹਮੇਸ਼ਾ ਇਮੋਸ਼ਨਲ ਹੁੰਦਾ ਹੈ ਨਾ, ਪਰ ਜਿਹੜਾ ਲਿਖਣ ਵਾਲਾ ਬੰਦਾ ਹੁੰਦਾ ਇਮੋਸ਼ਨਲ ਇੰਟੈਲੀਜੈਂਟ ਹੁੰਦਾ, ਉਹ ਦੂਜੇ ਦੇ ਇਮੋਸ਼ਨਸ ਦੇ ਵਿੱਚੋਂ ਹੈ ਨਾ ਕੱਢ ਲੈਂਦਾ ਫੀਲ ਕਰਕੇ 100% ਹੈ ਨਾ, ਲਾ ਕੇ ਨਦੀ ਕਿਨਾਰੇ ਗੱਡੀ ਫਿਰ ਕਲਮ ਲੈਣ ਤੇ ਛੱਡੀ, ਬਸ ਫਿਰ ਜਿਹੜੀ ਰਹਿੰਦੀ ਸੀ ਸਾਰੀ ਕਸਰ ਕੱਢੀ। ਓ ਮਾਈ ਗੋਡ ਹੋ ਰਿਹਾ ਤੇ ਜਦੋਂ ਉਹਨੇ ਹੈ ਨਾ, ਤੁਸੀਂ ਪਹਿਲਾਂ ਇੱਥੇ ਇੱਥੇ ਬਲੱਸ਼ ਕਰ ਰਹੇ ਹੋ ਹੈ ਨਾ, ਤਾਂ ਨਹੀਂ ਇੱਥੇ ਜਦੋਂ ਉਹਨੇ ਨਾਮ ਲਿਆ ਕੋਈ ਹੈ ਨਾ, ਦੈਨ ਗੋ ਲੈਫਟ ਦੇ ਕਿਆ ਬਾਤ ਹੈ ਗੁਰੀ ਕਿਆ ਬਾਤ ਹੈ ਵੀਰੇ ਤੂੰ ਕਿਉਂ ਇਤਨਾ ਚੁੱਪ ਚਾਪ ਹੈ। ਹੋਰ ਸਭ ਵਧੀਆ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਅੱਜ ਹੈਗਾ ਡੇ 2, ਜਾਣੀ ਕਿ ਦੂਜਾ ਦਿਨ, ਸੁੱਖ ਸੰਘੇੜਾ, ਦੇਸੀ ਕਰੂ, ਕਰਨ ਔਜਲਾ ਤੇ ਰਿਹਾਨ ਰੈਕਿਡਸ, ਹੈ ਰਪਿੰਦਰ ਕਤਰ, ਬਹੁਤ ਵਧੀਆ ਸ਼ੂਟ ਹੋ ਰਿਹਾ ਅੱਜ ਦੂਜਾ ਦਿਨ, ਦੇਖਦੇ ਹਾਂ ਕਿੱਦਾਂ ਲੰਘਦਾ, ਕੀ ਹੁੰਦਾ ਕੀ ਨਹੀਂ ਹੁੰਦਾ। ਕੱਲ੍ਹ ਵਾਲੇ ਅਸੀਂ ਵਲੌਗ ਉਹ ਦੱਸੋ ਵੀਰੇ ਵੀ, ਕੱਲ੍ਹ ਆਪਾਂ ਵਲੌਗ 'ਚ ਨਹੀਂ ਪਾਇਆ, ਪਰ ਕੱਲ੍ਹ ਅਸੀਂ ਇਹੋ ਜਿਹਾ ਕੁਛ ਕੀਤਾ ਜਿਹੜਾ ਪਹਿਲੀ ਵਾਰ ਕੀਤਾ ਜੀ। ਕੱਲ੍ਹ ਤਾਂ ਬਹੁਤ ਕੁਛ ਹੋਇਆ, ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਦਿਨ ਸੀ ਕੱਲ੍ਹ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਜੱਟਾਂ ਦੇ ਮੁੰਡੇ ਐਕਟਿੰਗ 'ਚ ਥੋੜ੍ਹਾ ਜਿਹਾ ਹੱਥ ਢਿੱਲਾ ਹੀ ਹੁੰਦਾ, ਪਰ ਆਪਾਂ ਚੱਕ ਦੇਣਾ ਕੰਮ, ਨੋ ਪ੍ਰੋਬਲਮ। Also you can do a look happy and then once you've done the shot I do the makeup upstairs. Yes, my very debut. Okay. Yeah, but we're still as a as an actress. To be busy ho hai na, to idda lage ke tumhe pata hai ki inna ne aana ka hai problem hai na, dekho assi kaun hai, it's an inconvenience, you won't dekhna pehle ki chahiye tha. Haan ji, ekdam hi nahi karna, idda lagda si ki jive piche kisi ne na video wale dekhna wale unnu ekdam action bolya kisi ne, to action te idda tarn ho. ਸੋ ਜਿਹੜੀ ਅਸੀਂ ਹੁਣ ਤਾਨੀਆ ਉਹਨਾਂ ਦੀ ਲੁੱਕ ਕਰ ਰਹੇ ਹਾਂ, ਦਿਸ ਇਜ਼ ਦਾ ਮੇਜਰ ਮੇਨ ਇੰਪੋਰਟੈਂਟ ਪਾਰਟ ਆਫ ਦਾ ਵੀਡੀਓ, ਟਰਾਂਸਫੋਰਮੇਸ਼ਨ। ਯੈਸ, ਟਰਾਂਸਫੋਰਮੇਸ਼ਨ ਹੋ ਰਹੀ ਹੈ ਸਾਰੀ, ਕਿ ਤੁਸੀਂ ਨੋਟਿਸ ਕਰੋਗੇ, ਤੁਸੀਂ ਬਲੌਗ ਆ ਚੁੱਕਿਆ, ਵੈਸੇ ਤੁਸੀਂ ਦੇਖਿਆ ਹੋਊਗਾ ਕਿ ਫਸਟ ਆਫ ਆਲ ਤਾਨੀਆ ਨੇ ਇੱਕ ਪਰਫੋਰਮੈਂਸ ਦਿੱਤੀ, ਉਸ ਲਈ ਬਹੁਤ ਮਿਹਨਤ ਕੀਤੀ, ਐਂਡ ਆਈ ਥਿੰਕ ਮੈਨੂੰ ਲੱਗਦਾ ਨਹੀਂ ਬੈਟਰ ਇਹਨਾਂ ਤੋਂ ਕੋਈ ਕਰ ਸਕਦਾ ਸੀਗਾ, ਹੋਪ ਤੁਸੀਂ ਲਾਈਕ ਕੀਤੀ ਅਤੇ ਉਹਦੇ ਲਈ
ਇਹ ਲੁੱਕ ਅਸੀਂ ਡਿਜ਼ਾਈਨ ਕਰ ਰਹੇ ਹਾਂ ਹੁਣ ਇਹਨਾਂ ਦਾ ਹੀ ਐਕਚੁਅਲੀ ਇਹਨਾਂ ਸੋਹਣਾ ਫੇਸ ਅਸੀਂ ਖਰਾਬ ਕਰ ਰਹੇ ਹਾਂ ਐਕਚੁਅਲੀ ਨਹੀਂ ਬਟ ਇਹਨਾਂ ਨੇ ਬਹੁਤ ਸੋਹਣੀ ਲੁੱਕ ਡਿਜ਼ਾਈਨ ਕੀਤੀ ਐਂਡ ਹੀ ਸਰਚਡ ਇਟ ਓਵਰਨਾਈਟ ਬਹੁਤ ਸਾਰੀਆਂ ਲੁੱਕਸ ਵੇਖੀਆਂ ਕਿੰਨਾ ਸਰਚ ਆਊਟ ਕੀਤਾ ਐਂਡ ਦੈਨ ਇਹ ਲੁੱਕ ਇਹਨਾਂ ਨੇ ਫਾਈਨਲ ਕੀਤੀ ਐਂਡ ਨਾਓ ਵੀ ਆਰ ਗੋਇੰਗ ਟੂ ਗੈਟ ਦੈਟ ਲੁੱਕ ਐਂਡ ਦਿਸ ਇਜ਼ the paint artist Natasha she's going to paint my face for that look so sade preet makeup she's the makeup and artist. main is look da reason si ga ke oh kinni paint cha hun jehdi kudi si ek pehla ek housewife si gi fir ohnu betray kita ohna de husband ne te hun oh kiddan de lokan vich ohnu dassna chahundi hai ke tu itthe mainu mangda na so I will be there for you ਸੋ ਜੇ ਤੈਨੂੰ ਉੱਦਾਂ ਦੀਆਂ ਕੁੜੀਆਂ ਪਸੰਦ ਆ ਤਾਂ ਮੈਂ ਉੱਦਾਂ ਦੀ ਵੀ ਬਣੂੰਗੀ ਹੁਣ ਉਹ ਇਸ ਜਿਹੜੇ ਅਸੀਂ ਬਾਡੀ ਪੇਂਟ ਵੀ ਕਰ ਰਹੇ ਹਾਂ ਉਹਦੇ ਵਿੱਚ ਇੱਕ ਰੀਜ਼ਨ ਆ ਕਿ ਉਹ ਦੁਖੀ ਹੈ ਰੋ ਰਹੀ ਹੈ ਅਤੇ ਇੱਕ ਫੁੱਲ ਆ ਇੱਥੇ ਬਣਿਆ ਅਤੇ ਉਹਦੇ ਡਰੋਪਸ ਉਹ ਫੁੱਲ 'ਤੇ ਪੈ ਰਹੇ ਆ ਇਹ ਡੂੰਘੀਆਂ ਗੱਲਾਂ ਹੈ ਨਾ ਜੀ This is deep. ਪਤਾ ਕਿ ਜਦ ਕਿਸੇ ਇਟਸ ਨਾਟ ਲਾਈਕ ਗਰਲ ਔਰ ਬੋਏ ਜਦ ਕਿਸੇ ਦਾ ਵੀ ਦਿਲ ਟੁੱਟਦਾ ਹੈ ਅ ਪਰਸਨ ਕੈਨ ਡੂ ਐਨੀਥਿੰਗ ਸੋ ਸਪੈਸ਼ਲੀ ਜਦੋਂ ਉਹਨੂੰ ਪਤਾ ਲੱਗੇ ਕਿ ਮੈਂ ਆਪਣੇ ਆਪ ਨੂੰ ਇੰਨਾ ਸਾਂਭ ਕੇ ਰੱਖਿਆ ਸਿਰਫ ਤੇਰੇ ਲਈ ਐਂਡ ਯੂ ਆਰ ਆਊਟ ਇਨ ਟੂ ਦੋਜ਼ ਗਰਲਸ ਜਿਹੜੀਆਂ ਮਤਲਬ ਤੈਨੂੰ ਬਸ ਆਉਣਾ ਜਾਣਾ ਚੰਗਾ ਲੱਗਦਾ ਹੈ ਸੋ ਸ਼ੀ ਇਜ਼ ਲਾਈਕ ਓਕੇ ਜੇ ਤੈਨੂੰ ਫਿਰ ਉਹ ਪਸੰਦ ਹੈ ਬਾਹਰ 'ਚ ਕਲੱਬਸ 'ਚ ਕੁੜੀਆਂ ਪਸੰਦ ਨੇ ਸੋ ਮੈਂ ਵੀ ਫਿਰ ਉਹ ਕਰਦੀ ਸੋ ਜਦੋਂ ਕੁੜੀ ਕਿਸੇ ਨੂੰ ਪਿਆਰ ਕਰਦੀ ਹੈ ਸ਼ੀ ਕੈਨ ਡੂ ਐਨੀਥਿੰਗ ਬਟ ਜਦੋਂ ਕੁੜੀ ਨਫ਼ਰਤ ਕਰਦੀ ਹੈ ਸ਼ੀ ਕੈਨ ਡੂ ਐਨੀਥਿੰਗ ਹੋਪ ਤੁਸੀਂ ਸਾਰਿਆਂ ਨੂੰ ਪਸੰਦ ਕਰੋਗੇ ਐਂਡ ਵੀਲ ਕੀਪ ਔਨ ਚੇਂਜਿੰਗ ਵੀਲ ਕੀਪ ਔਨ ਲੈਵਲਿੰਗ ਅਪ ਆਈ ਹੋਪ ਯੂ ਗਾਈਜ਼ ਵਿਲ ਲਾਈਕ ਇਟ ਮਾਈ ਨੇਮ ਇਜ਼ ਐਰਿਕਾ ਮਾਈ ਨੇਮ ਇਜ਼ ਜੈਸਮਿਨ ਕਿੱਦਾਂ ਚੱਲਦੀਆਂ ਤੁਹਾਡੀਆਂ ਰਿਹਰਸਲਸ ਦ ਰਿਹਰਸਲਸ ਆਰ ਗੁੱਡ ਅਸੀਂ ਕੱਲ ਤਾਨੀਆ ਨਾਲ ਪ੍ਰੈਕਟਿਸ ਕੀਤਾ ਸੀ ਸਟੂਡੀਓ ਦੇ ਵਿੱਚ ਐਂਡ ਵੀ ਆਰ ਵੈਰੀ ਐਕਸਾਈਟਡ ਸਮਥਿੰਗ ਡਿਫਰੈਂਟ ਐਂਡ ਜਸਟ ਸਟੇ ਟੂਨਡ ਕੈਸ਼ ਮਾਈ ਕੁਛ ਨਹੀਂ ਰੱਖਿਆ ਇਹਦੇ 'ਚ ਜਾਂਤਾ ਇਹਦੇ ਪਿੱਛੇ ਭੱਜੀ ਫਿਰਦੀ ਇਹਦੇ ਲੋਕ ਮਾਡਲਿੰਗ ਕਰਨ ਲੱਗਿਆ ਕਰਨ ਵੀਰੇ ਦੇ ਗਾਣੇ 'ਚ ਸਹੀ ਗੱਲ ਆਪਾਂ ਅਗਲਾ ਗਾਣਾ ਕਦੋਂ ਕਰੀਏ ਸ਼ੂਟ ਪਰਸੋਂ ਨੂੰ ਪਰਸੋਂ ਨੂੰ ਕੋਈ ਸੰਦੀਪ ਵੀਰੇ ਨਾਲ ਗੱਲ ਹੋਈ ਹੋਰ ਵਧੀਆ ਠੀਕ ਠਾਕ ਆ ਤੂੰ ਪਿੱਛੇ ਕੈਮਰੇ ਦੇ ਭਾਈ ਆਈ ਲਵ ਯੂ ਬ੍ਰੋ ਕਰਨ ਵੀਰ ਦੇ ਗਾਣਾ ਸ਼ੂਟ ਕਰ ਰਹੇ ਹੋ ਲਾਸਟ ਦਿਨ ਦਾ ਅਤੇ ਸਿੰਕ ਰਹਿ ਗਿਆ ਅਤੇ ਬਹੁਤ ਘੈਂਟ ਜਾ ਰਿਹਾ ਉਹਦੀ ਕਾਰਡ ਦੀ ਮੈਂ ਸਨੈਪ ਦੇਖੀ ਕਾਰਡ ਦਿਖਾ ਰਿਹਾ ਉਹ ਸ਼ਿਟ ਇੱਕ ਸੈਕਿੰਡ ਹੋਲਡ ਯੈਸ ਲੋ ਜੀ ਯੈਸ ਆਈ ਕੈਨ ਫੋਕਸ ਨਹੀਂ ਰਿਹਾ ਬਾਕੀ ਇਹ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਿਓ ਕਿਆ ਬਾਤ ਹੈ ਹਾਂ ਜੇ ਵਲੌਗ ਵਧੀਆ ਲੱਗਿਆ ਕਿਆ ਬਾਤ ਲਿਖਣਾ ਨਾ ਭੁੱਲਿਓ